ਡਾਕਟਰ ਨਰਿੰਦਰ ਸਿੰਘ ਕਪੂਰ ਦਾ ਲੇਖ ਸੋਹਣੀ ਅਤੇ ਪਿਆਰੀ ਸੋਹਣਿਆਂ ਨੂੰ ਵੇਖਦੀਆਂ ਅੱਖਾਂ ਹਨ ਪਰ ਖਿੱਚ ਦਿਲ ਨੂੰ ਪੈਂਦੀ ਹੈ ਪ੍ਰਸੰਨ ਮਨ ਹੁੰਦਾ ਹੈ ਭਖ ਦਾ ਸਰੀਰ ਹੈ ਰੱਜਦਾ ਦਿਮਾਗ ਹੈ ਲੋਕ ਸੋਹਣੇ ਨੈਣ ਨਕਸ਼ਣ ਕਰਕੇ ਲੱਗਦੇ ਹਨ ਪਰ ਪਿਆਰ ਉਹਨਾਂ ਦੇ ਗੁਣਾ ਨਾਲ ਕੀਤਾ ਜਾਂਦਾ ਹੈ ਪਿਆਰੇ ਸਾਨੂੰ ਚੰਗੇ ਲੱਗਣ ਕਰਕੇ ਸੋਹਣੇ ਪ੍ਰਤੀਤ ਹੁੰਦੇ ਹਨ ਤੇ ਸੋਹਣੇ ਆਪਣੇ ਸੁੰਦਰਤਾ ਕਰਕੇ ਸਾਨੂੰ ਪਿਆਰੇ ਲੱਗਦੇ ਹਨ ਕਿਸੇ ਦਾ ਸੋਹਣਾ ਜਾਂ ਪਿਆਰਾ ਲੱਗਣਾ ਸਾਡਾ ਨਿੱਜੀ ਫੈਸਲਾ ਹੁੰਦਾ ਹੈ ਇਸੇ ਕਰਕੇ ਕਹਿੰਦੇ ਹਨ ਕਿ ਕਿਸੇ ਨੂੰ ਨਿਰਪੱਖ ਹੋ ਕੇ ਪਸੰਦ ਨਹੀਂ ਕੀਤਾ ਜਾ ਸਕਦਾ ਜੇ ਮਜਨੂ ਨਿਰਪੱਖ ਹੁੰਦਾ ਤਾਂ ਉਹਨੂੰ ਲੈਲਾ ਕਦੇ ਪਸੰਦ ਨਹੀਂ ਸੀ ਆਉਣੀ ਕਿਸੇ ਨੂੰ ਪਸੰਦ ਕਰਨ ਵੇਲੇ ਮਨੁੱਖ ਮਨਮਰਜ਼ੀ ਕਰਦਾ ਹੈ ਮਨੁੱਖ ਜਿਹਨੂੰ ਪਸੰਦ ਕਰਦਾ ਉਹਦਾ ਵਿਰੋਧ ਜਾਂ ਉਸ ਨਾਲ ਬਹਿਸ ਨਹੀਂ ਕਰਦਾ ਕਿਉਂਕਿ ਪਸੰਦ ਕਰਨਾ ਸਹਿਮਤ ਹੋਣ ਦਾ ਖੇਤਰ ਹੈ ਬਹਿਸ ਉਹਨਾਂ ਨਾਲ ਕੀਤੀ ਜਾਂਦੀ ਹੈ ਜਿਹੜੇ ਸਾਨੂੰ ਸੋਹਣੇ ਨਹੀਂ ਲੱਗਦੇ ਜਿਹੜਾ ਸਾਨੂੰ ਪਿਆਰਾ ਲੱਗਦਾ ਹੈ ਉਸ ਨਾਲ ਗੱਲਬਾਤ ਕਦੇ ਵੀ ਬਹਿਸ ਨਹੀਂ ਬਣਦੀ ਪਰ ਜਿਹੜੇ ਸਾਨੂੰ ਚੰਗੇ ਨਹੀਂ ਲੱਗਦੇ ਉਹਨਾਂ ਪ੍ਰਤੀ ਅਸੀਂ ਕਈ ਢੰਗਾਂ ਨਾਲ ਜਿਵੇਂ ਆਉਣ ਵਿੱਚ ਦੇਰ ਕਰਕੇ فاਸਲੇ ਤੇ ਬਹਿ ਕੇ ਜਾਂ ਅਤ ਸੰਖੇਪ ਉਤਰ ਦੇ ਕੇ ਵਿਰੋਧ ਪ੍ਰਗਟਾਉਂਦੇ ਹਾਂ ਕਿਸੇ ਵਿਅਕਤੀ ਚੀਜ਼ ਜਾਂ ਥਾਂ ਵਿੱਚ ਕੋਈ ਸੁੰਦਰਤਾ ਨਹੀਂ ਹੁੰਦੀ ਸੁੰਦਰਤਾ ਵੇਖਣਾ ਵੇਖਣ ਵਾਲੇ ਦੇ ਮਨ ਦਾ ਗੁਣ ਹੈ ਜਦੋਂ ਕਿਸੇ ਚੀਜ਼ ਨੂੰ ਪਿਆਰ ਨਾਲ ਵੇਖਿਆ ਜਾਏ ਉਹ ਸੋਹਣੀ ਵੀ ਲੱਗਦੀ ਹੈ ਪਿਆਰੀ ਵੀ ਤੇ ਅਨੋਖੀ ਵੀ ਇਸੇ ਆਧਾਰ ਉੱਤੇ ਮਾਂ ਨੂੰ ਆਪਣੀ ਸੰਤਾਨ ਚਿੱਤਰਕਾਰ ਨੂੰ ਆਪਣਾ ਬਣਾਇਆ ਚਿੱਤਰ ਕਵੀ ਨੂੰ ਆਪਣੀ ਕਵਿਤਾ ਸੋਹਣੀ ਤੇ ਪਿਆਰੀ ਲੱਗਦੀ ਹੈ ਇਸੇ ਆਧਾਰ ਤੇ ਪੱਥਰ ਹੀਰੇ ਨਜ਼ਰ ਆਉਂਦੇ ਹਨ ਤੇ ਗੈਣੀ ਸੋਹਣੇ ਲੱਗਦੇ ਹਨ ਜਦੋਂ ਅਸੀਂ ਕਿਸੇ ਚੀਜ਼ ਨੂੰ ਸੋਹਣੀ ਕਹਿੰਦੇ ਆ ਤਾਂ ਅਸਲ 'ਚ ਕਹ ਇਹ ਰਹੇ ਹੁੰਦਿਆਂ ਕਿ ਮੈਨੂੰ ਪਸੰਦ ਹੈ ਮੇਰਾ ਦਿਲ ਇਹਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਮੈਂ ਇਹਦੇ ਨੇੜੇ ਹੋਣਾ ਚਾਹੁੰਦਾ ਅਸੀਂ ਦੂਜਿਆਂ ਨਾਲ ਕੇਵਲ ਵਿਹਾਰਕ ਗੱਲਾਂ ਹੀ ਕਰਦੇ ਆ ਪਰ ਹਰ ਮਨੁੱਖ ਨੂੰ ਕਿਸੇ ਅਜਿਹੇ ਪਿਆਰੇ ਦੀ ਲੋੜ ਹੁੰਦੀ ਹੈ ਜਿਸ ਨਾਲ ਸਾਰੀਆਂ ਗੱਲਾਂ ਕੀਤੀਆਂ ਜਾ ਸਕਣ ਇਸੇ ਕਰਕੇ ਜਿਉਂ-ਜਿਉਂ ਕੋਈ ਸਾਡਾ ਪਿਆਰਾ ਹੋਈ ਜਾਂਦਾ ਹੈ ਤੇ ਉਹ ਤੇ ਉਸੀ ਆਪਣੀ ਜ਼ਿੰਦਗੀ ਦੇ ਅੰਦਰਲੇ ਭੇਤ ਨੂੰ ਦੱਸੀ ਜਾਂਦੇ ਆਂ ਦੂਜੀ ਧਿਰ ਵੱਲੋਂ ਸਾਨੂੰ ਆਪਣੇ ਨਿੱਜੀ ਵੇਰਵੇ ਦੱਸਣੇ ਉਹਦੇ ਸਾਡੇ ਵਿੱਚ ਵਿਸ਼ਵਾਸ ਦਾ ਪ੍ਰਗਟਾਵਾ ਹੁੰਦੇ ਆਂ ਕਿਸੇ ਨਾਲ ਵਾਪਰੀ ਦੁਰਘਟਨਾ ਦਾ ਦੁੱਖ ਸਾਨੂੰ ਉਸ ਨਾਲ ਆਪਣੀ ਨੇੜਤਾ ਦੇ ਅਨੁਪਾਤ ਵਿੱਚ ਮਹਿਸੂਸ ਹੁੰਦਾ ਹੈ ਪਿਆਰਿਆਂ ਤੇ ਸੋਹਣਿਆਂ ਨਾਲ ਨੱਚਣ ਤੇ ਟੁਰਨ 'ਚ ਕਦੀ ਥਕਾਵਟ ਨਹੀਂ ਹੁੰਦੀ ਆਪਣੇ ਪਿਆਰੇ ਨੂੰ ਆਉਂਦਾ ਵੇਖ ਕੇ ਅੱਖਾਂ ਭਜਨ ਗਾਉਣ ਲੱਗ ਪੈਂਦੀਆਂ ਹਨ ਅਸੀਂ ਪਸੰਦ ਆਉਣ ਵਾਲੇ ਲੋਕਾਂ ਦੀ ਹਾਜ਼ਰੀ ਨੂੰ ਹੀ ਮਾਣਦੇ ਹਾਂ ਜਦੋਂ ਕਿ ਵਿਰੋਧੀਆਂ ਦੀ ਹਾਜ਼ਰੀ ਚ ਸਾਨੂੰ ਆਪਣਾ ਆਪ ਵੀ ਬੋਝ ਲੱਗਣ ਲੱਗ ਪੈਂਦਾ ਹੈ ਦੁਸ਼ਮਣਾਂ ਵਿੱਚ ਹੌਮੇ ਹੁੰਦੀ ਹੈ ਹੌਮੇ ਦਾ ਰੂਪ ਕੋਈ ਹੋਵੇ ਉਹਨੂੰ ਪਸੰਦ ਨਹੀਂ ਕੀਤਾ ਜਾਂਦਾ ਪਿਆਰ ਵਿੱਚ ਹੌਮੇ ਦਾ ਬੋਝ ਲੈ ਜਾਂਦਾ ਹੈ ਜੇ ਕਿਸੇ ਸੋਹਣੀ ਨੂੰ ਆਪਣੇ ਸੋਹਣੇ ਹੋਣ ਦਾ ਗੁਮਾਨ ਹੋਵੇ ਤਾਨੂੰ ਭੈੜੇ ਵਿਅਕਤੀ ਨਾਲੋਂ ਵੀ ਪਹਿੜਾ ਸਮਝਿਆ ਜਾਂਦਾ ਹੈ ਸਾਡੀ ਸੋਚ ਸਾਰੀ ਲੋਕਾਈ ਨੂੰ ਚੰਗਿਆਂ ਮਾੜਿਆਂ ਚ ਵੰਡਦੀ ਸਾਡੀ ਸੋਚ ਜਿਹਨੂੰ ਚੁਣ ਲੈਂਦੀ ਹੈ ਉਹਨੂੰ ਵਿਸ਼ੇਸ਼ ਬਣਾ ਦਿੰਦੀ ਹੈ ਵਿਸ਼ੇਸ਼ ਬਣਾਉਣ ਦੀ ਇਸ ਪ੍ਰਕਿਰਿਆ ਨੂੰ ਹੀ ਪਿਆਰ ਕਹਿੰਦੇ ਹਨ ਸਾਡਾ ਪਿਆਰਾ ਇੱਕ ਜਿਹਾਂ ਵਿਅਕਤੀ ਹੁੰਦਾ ਜਿਸ ਨਾਲ ਅਸੀਂ ਜ਼ਿੰਦਗੀ ਦੀਆਂ ਲੰਬਾਈਆਂ ਚੜਾਈਆਂ ਡੁੰਗਾਈਆਂ ਤੇ ਸਿਖਰਾਂ ਮਾਪਦੇ ਪਿਆਰੇ ਵਾਂਗ ਦੁਸ਼ਮਣ ਵੀ ਵਿਸ਼ੇਸ਼ ਵਿਅਕਤੀ ਹੁੰਦਾ ਹੈ ਪਰ ਪਿਆਰੇ ਨੂੰ ਮੁਸਕਰਾਟਾਂ ਮਿਲਦੀਆਂ ਹਨ ਤੇ ਦੁਸ਼ਮਣਾਂ ਨੂੰ ਧਿਉੜੀਆਂ ਜਿਸ ਨਾਲ ਸਾਡਾ ਤੇ ਜਿਹਦਾ ਸਾਡੇ ਨਾਲ ਛੰਦ ਮਿਲ ਜਾਂਦਾ ਹੈ ਅਸੀਂ ਉਹਨੂੰ ਤੇ ਉਹ ਸਾਨੂੰ ਤਾਲ ਦੇਣ ਲੱਗ ਪੈਂਦਾ ਦੋਹਾਂ ਦੀਆਂ ਲੋੜਾਂ ਹੀ ਕੁਝ ਇਸ ਪ੍ਰਕਾਰ ਦੀਆਂ ਹੋ ਜਾਂਦੀਆਂ ਕਿ ਉਹਨਾਂ ਨੂੰ ਦੂਜੀ ਧਿਰ ਹੀ ਪੂਰੀਆਂ ਕਰ ਸਕਦੀ ਹੈ ਜਿਹੜਾ ਸਾਨੂੰ ਸੋਹਣਾ ਪਿਆਰਾ ਲੱਗਦਾ ਹੈ ਉਨ ਉਸ ਹੀ ਆਪਣੇ ਨਾਲੋਂ ਉੱਚੇਰਾ ਤੇ ਆਪਣੇ ਆਪ ਨੂੰ ਉਸ ਨਾਲੋਂ ਨੀਵਾ ਸਮਝਣ ਲੱਗ ਪੈਂਦੇ ਆ ਤੇ ਆਪਣੇ ਸੁੱਖ ਨਾਲੋਂ ਉਹਦਾ ਸੁੱਖ ਪਹਿਲਾਂ ਸੋਚਦੇ ਆ ਤੇ ਆਪਣੇ ਦੁੱਖ ਨਾਲੋਂ ਉਹਦਾ ਦੁੱਖ ਵੱਡਾ ਸਮਝਦੇ ਆ ਤੇ ਉਸ ਲਈ ਸਾਡੇ ਵੱਲੋਂ ਕੀਤੀ ਜਾਣ ਵਾਲੀ ਕੁਰਬਾਨੀ ਦਾ ਕਦ ਉੱਚਾ ਹੁੰਦਾ ਜਾਂਦਾ ਹੈ ਜੀਵਨ ਦੇ ਰਾਹ ਦੀਆਂ ਮੁਸੀਬਤਾਂ ਸਾਨੂੰ ਆਪਣੇ ਪਿਆਰਿਆਂ ਦੇ ਹੋਰ ਨੇੜੇ ਲੈ ਆਉਂਦੀਆਂ ਹਨ ਪਿਆਰ ਦੀਆਂ ਮੁਸੀਬਤਾਂ ਆਪਣੀ ਗੰਭੀਰਤਾ ਤੇ ਖਤਰਿਆਂ ਕਾਰਨ ਸਾਨੂੰ ਉਦਾਸ ਕਰਦੀਆਂ ਹਨ ਪਰ ਪਿਆਰ ਵਿੱਚ ਉਦਾਸੀ ਗਹਿਣੇ ਵਾਂਗ ਪੈਨੀ ਜਾਂਦੀ ਹੈ ਪਿਆਰ ਵਿੱਚ ਪ੍ਰੇਮੀਆਂ ਨੂੰ ਦਰਦ ਹੰਡਾਉਣ ਦੀ ਮੌਜ ਮਿਲਦੀ ਹੈ ਸੱਚ ਤਾਂ ਇਹ ਹੈ ਕਿ ਪਿਆਰ ਕਰਨਾ ਉਦਾਸੀ ਵਿੱਚੋਂ ਆਨੰਦ ਲੈਣ ਦਾ ਖੇਤਰ ਹੈ ਉਦਾਸ ਵਿਅਕਤੀਆਂ ਵਿੱਚ اخلاق ਦੀ ਪੱਧਰ ਉੱਚੀ ਹੁੰਦੀ ਹੈ ਉਹ ਵਧੇਰੇ ਸੌ ਅਤੇ ਸਿਆਣੇ ਪ੍ਰਤੀਤ ਹੁੰਦੇ ਹਨ ਨਿਮਰਤਾ ਦਾ ਗੁਣ ਉਦਾਸੀ ਦੀ ਪੀੜ ਵਿੱਚੋਂ ਹੀ ਜਾਗਦਾ ਹੈ ਜਦੋਂ ਸ਼ਬਦ ਪੀੜ ਜਾਂ ਉਦਾਸੀ ਦਾ ਭੋਜ ਨਹੀਂ ਚੁੱਕ ਸਕਦੇ ਤਾਂ ਮਨੁੱਖ ਅਥਰੂਆਂ ਦੀ ਭਾਸ਼ਾ ਚ ਬੋਲਦਾ ਹੈ ਰੋਣਾ ਇਸਤਰੀ ਦੀ ਪੁਰਸ਼ ਨਾਲੋਂ ਇੱਕ ਉੱਚੇਰੀ ਯੋਗਤਾ ਹੈ ਜੇ ਪੁਰਸ਼ ਵਿੱਚ ਵੀ ਰੋਣ ਦਾ ਗੁਣ ਹੁੰਦਾ ਤਾਂ ਸੰਸਾਰ ਚ ਪਿਆਰ ਵਧੇਰੇ ਤੇ ਨਫ਼ਰਤ ਹਿੰਸਾ ਘੱਟ ਹੋਣੀ ਸੀ ਪਰ ਸੰਨਤਾ ਦੇ ਮੁਕਾਬਲੇ ਉਦਾਸੀ ਵਧੇਰੇ ਡੂੰਘਾ ਅਨੁਭਵ ਹੈ ਉਦਾਸੀ ਵਿੱਚੋਂ ਹੀ ਮਹਾਨ ਕਲਾ ਦਾ ਜਨਮ ਹੁੰਦਾ ਹੈ ਉਦਾਸੀ ਦੀ ਗਹਿਰਾਈ ਪਿਆਰੇ ਵੱਲੋਂ ਆਪਣੇ ਸੱਚੇ ਹੋਣ ਦੇ ਅਨੁਪਾਤ ਵਿੱਚ ਹੁੰਦੀ ਹੈ ਉਦਾਸੀ ਐਲਾਨ ਕਰਦੀ ਹੈ ਹੁਣ ਤੇਰੇ ਬਿਨਾ ਗੁਜ਼ਾਰਾ ਹੋਣਾ ਮੁਸ਼ਕਿਲ ਹੋ ਗਿਆ ਹੈ ਕਈ ਗੱਲਾਂ ਜਈਆਂ ਹੁੰਦੀਆਂ ਹਨ ਜਿਹੜੀਆਂ ਸੰਖੇਪ ਵਿੱਚ ਨਹੀਂ ਕੀਤੀਆਂ ਜਾ ਸਕਦੀਆਂ ਜਿਵੇਂ ਸੋਹਣਿਆਂ ਦੀ ਸੁੰਦਰਤਾ ਦੀ ਵਿਆਖਿਆ ਤੇ ਪਿਆਰੇ ਵੱਲੋਂ ਆਪਣੇ ਪਿਆਰ ਦਾ ਵਰਣਨ ਪਿਆਰ ਇੱਕ ਸਜਰਾ ਤੇ ਨਰਵਾਨ ਬਹੁੰਦੇ ਇਸੇ ਕਰਕੇ ਦਾ ਨਰੋਈ ਉਮਰ ਜਾਂ ਜਵਾਨੀ ਨਾਲ ਸੰਬੰਧ ਹੈ ਜਵਾਨੀ ਇਸ ਲਈ ਮਸਤਾਨੀ ਹੁੰਦੀ ਹੈ ਕਿਉਂਕਿ ਜਵਾਨੀ ਉੱਤੇ ਪਰੰਪਰਾਵਾਂ ਦੇ ਬੰਧਨ ਨਹੀਂ ਹੁੰਦੇ ਤਜਰਬੇ ਦਾ ਬੋਝ ਨਹੀਂ ਹੁੰਦਾ ਯਥਾਰਤ ਦੀ ਕ੍ਰੂਪਤਾ ਨਹੀਂ ਹੁੰਦੀ ਬੀਤੇ ਦੀਆਂ ਨਫ਼ਰਤਾਂ ਬਦਲੇ ਦੀ ਭਾਵਨਾ ਤੇ ਪਿੱਛੇ ਖਿੱਚਣ ਵਾਲੇ ਪਛਤਾਵੇ ਨਹੀਂ ਹੁੰਦੇ ਜਵਾਨੀ ਵਿੱਚ ਤਾਕਤ ਹੁੰਦੀ ਹੈ ਤੇ ਜਿਨ੍ਹਾਂ 'ਚ ਤਾਕਤ ਰਹਿੰਦੀ ਹੈ ਉਹਨਾਂ ਚਿਰ ਮਨੁੱਖ ਆਪਣੇ ਆਪ ਨੂੰ ਜਵਾਨ ਸਮਝਦਾ ਹੈ ਜਵਾਨੀ 'ਚ ਪਿਆਰ ਦਾ ਕੁਰਬਾਨੀ ਦਾ ਸੁਪਨਿਆਂ ਤੇ ਆਦਰਸ਼ਾਂ ਦਾ ਜ਼ੋਰ ਤੇ ਜੋਸ਼ ਹੁੰਦਾ ਹੈ ਕਮਜ਼ੋਰ ਨਾਬ ਸੋਹਣੇ ਹੁੰਦੇ ਹੈ ਤੇ ਨਾ ਹੀ ਕੋਈ ਉਹਨਾਂ ਨੂੰ ਸੋਹਣਾ ਲੱਗਦਾ ਜਦੋਂ ਉਮਰ ਜਵਾਨ ਹੋਵੇ ਸੋਚਾਂ ਵਿੱਚ ਆਦਰਸ਼ਵਾਦ ਹੋਵੇ ਤੇ ਜਜ਼ਬਿਆਂ ਦਾ ਸੇਖ ਹੋਵੇ ਤਾਂ ਸੋਹਣੇ ਲੋਕ ਹੀ ਮਿਲਦੇ ਹਨ ਜਾਂ ਜੋ ਮਿਲਦੇ ਹਨ ਉਹ ਸੋਹਣੇ ਲੱਗਦੇ ਹਨ ਸੋਹਣੇ ਹੋਣ ਵਿੱਚ ਨੈਣ ਨਕਸ਼ਾ ਦਾ ਯੋਗਦਾਨ ਬਹੁਤਾ ਨਹੀਂ ਹੁੰਦਾ ਬਹੁਤਾ ਯੋਗਦਾਨ ਸੁੰਦਰਤਾ ਤੇ ਪਿਆਰ ਦੇ ਰਹੱਸ ਵਿੱਚ ਹੁੰਦਾ ਹੈ ਮਿਲਣ ਵਾਲਾ ਆਨੰਦ ਇਸ ਰਹੱਸ ਵਿੱਚ ਉਪਜਦਾ ਹੈ ਸੋਹਣੇ ਤੇ ਪਿਆਰੇ ਹੋਣਾ ਹੀ ਕਾਫੀ ਨਹੀਂ ਹੁੰਦਾ ਸੁੰਦਰਤਾ ਤੇ ਪਿਆਰ ਦਾ ਰਹੱਸ ਉਪਜਣਾ ਵੀ ਜ਼ਰੂਰੀ ਲੋੜ ਹੈ ਚੰਨ ਦੀ ਰੋਸ਼ਨੀ 'ਚ ਰਹੱਸ ਹੁੰਦਾ ਹੈ ਇਸ ਰਹੱਸ ਕਰਕੇ ਚੰਨ ਸੋਹਣਾ ਲੱਗਦਾ ਹੈ ਅਸੀਂ ਆਪਣੇ ਪਿਆਰੇ ਨੂੰ ਪਿਆਰ ਨਹੀਂ ਕਰਦੇ ਉਹਦੇ ਰਹਾਸ ਨੂੰ ਪਿਆਰ ਕਰਦੇ ਆ ਰਹਾਸ ਉਹ ਹੈ ਜੋ ਸਾਡੀ ਪਕੜ ਚ ਨਹੀਂ ਆਉਂਦਾ ਇਸੇ ਲਈ ਪ੍ਰੇਮੀ ਇੱਕ ਦੂਜੇ ਬਾਰੇ ਕਿਆਸ ਲਾਉਂਦੇ ਰਹਿੰਦੇ ਹਨ ਤੇ ਰਹਾਸ ਨੂੰ ਪਕੜਨ ਲਈ ਉਤਾਵਲੇ ਹੁੰਦੇ ਰਹਿੰਦੇ ਹਨ ਇਸ ਇਹ ਰਹਾਸ ਅੰਦਰਲੇ ਗੁਨਾ ਨਾਲ ਉਪਜਦਾ ਹੈ ਸੋਚ ਸਮਝ ਕੇ ਕੀਤੇ ਪਿਆਰ ਸਵਾਰਥ ਤੋਂ ਪ੍ਰੇਰਿਤ ਹੁੰਦੇ ਹਨ ਇਸ ਲਈ ਉਹਨਾਂ 'ਚ ਇਹ ਰਹਾਸ ਨਹੀਂ ਹੁੰਦਾ ਇਸ ਰਹਾਸ ਨੂੰ ਹੀ ਅਦਰਸ਼ਵਾਦ ਕਹਿੰਦੇ ਹਨ ਪਿਆਰ ਅਦਰਸ਼ਵਾਦ ਦਾ ਖੇਤਰ ਹੈ ਜੇ ਰਸ ਹਸ ਜਾ ਅਰਸ਼ ਦੀ ਪੱਧਰ ਉੱਚੀ ਨਹੀਂ ਤਾਂ yatharth ਦੀ ਪੱਧਰ ਵੀ ਉੱਚੀ ਨਹੀਂ ਹੋ ਸਕਦੀ ਇਸ ਰਸ ਨੂੰ ਹੀ ਆਨੰਦ ਆਤਮਾ ਤੇ ਪਰਮਾਤਮਾ ਕਹਿੰਦੇ ਆ ਇਸ ਰਸ ਨਾਲ ਪਿਆਰ ਕਰਨ ਹੀ ਸੂਫੀ ਦਰਵੇਸ਼ਾਂ ਗੁਰੂਆਂ ਸੰਤਾਂ ਤੇ ਭਗਤਾਂ ਆਤਮਾ ਨੂੰ ਰਸਵਾਦੀ ਕਿਹਾ ਜਾਂਦਾ ਹੈ ਪਿਆਰ ਤੇ ਪਰਮਾਤਮਾ ਦਾ ਕੋਈ ਸਿਧਾਂਤ ਨਹੀਂ ਹੁੰਦਾ ਇਹ ਦੋਵੇਂ ਆਪਣੇ ਰਸ ਕਰਨ ਮਹੱਤਵਪੂਰਨ ਹਨ ਇਹਨਾਂ ਚਿਰ ਹੱਸ ਦੀ ਸਾਂਝ ਹੈ ਰਹਾਸ ਉਸ ਭੇਤ ਨੂੰ ਕਹਿੰਦੇ ਹਨ ਜਿਹਨੂੰ ਸਮਝਣ ਦਾ ਜਿੰਨਾ ਵਧੇਰੇ ਯਤਨ ਕੀਤਾ ਜਾਂਦਾ ਹੈ ਉਹਨਾਂ ਵਧੇਰੇ ਗੁੰਝਲਦਾਰ ਹੋਈ ਜਾਂਦਾ ਹੈ ਰਹਾਸ ਦਾ ਸਬੰਧ ਦਿਮਾਗ ਨਾਲ ਨਹੀਂ ਦਿਲ ਨਾਲ ਹੈ ਸਮਝ ਨਾਲ ਨਹੀਂ ਮਹਿਸੂਸ ਕਰਨ ਨਾਲ ਹੈ ਪਰਮਾਤਮਾ ਤੇ ਪਿਆਰ ਦਿਸਦੇ ਨਹੀਂ ਪਰ ਅਸੀਂ ਉਹਨਾਂ ਨੂੰ ਪ੍ਰਾਪਤ ਕਰਨ ਲਈ ਨਿਰੰਤਰ ਤੰਗਦੇ ਹਾਂ ਇਹੀ ਰਹਾਸ ਹੈ ਜੇ ਪਿਆਰ 'ਚ ਰਹਾਸ ਨਾ ਹੋਵੇ ਤਾਂ ਕਿਹਾ ਜਾਂਦਾ ਹੈ ਉਹ ਸੋਹਣਾ ਤਾਂ ਬੜਾ ਹੈ ਪਰ ਉਹ ਪਿਆਰੇ ਵਰਗਾ ਨਹੀਂ ਹੈ। ਉਹਦੀ ਸੁੰਦਰਤਾ ਖਿੱਚ ਤਾਂ ਪਾਉਂਦੀ ਹੈ ਪਰ ਉਹ ਭਰੋਸੇਯੋਗ ਨਹੀਂ ਹੈ। ਜਦੋਂ ਕੋਈ ਸੋਹਣਾ ਵੀ ਹੋਵੇ ਤੇ ਪਿਆਰਾ ਵੀ ਹੋਵੇ ਤਾਂ ਉਹਦੇ ਲਾਰੇ ਵੀ ਵਾਦੇ ਵਰਤੇਿਤ ਹੁੰਦੇ ਹਨ। ਕਿਉਂਕਿ ਪਿਆਰਿਆਂ ਦੀਆਂ ਜਿਹੜੀਆਂ ਗੱਲਾਂ ਸਾਨੂੰ ਸੁਣਨ 'ਚ ਰਸ ਦਿੰਦੀਆਂ ਹਨ। ਉਹ ਸੱਚੀਆਂ ਵੀ ਲੱਗਦੀਆਂ ਹਨ। ਇਹ ਰਹਾਸ ਅਚਾਨਕ ਨਹੀਂ ਉਪਜਦਾ। ਤੂੰ ਕਿੰਨੀ ਸੋਹਣੀ ਹੈ ਜਾਂ ਤੂੰ ਬੜਾ ਪਿਆਰਾ ਹੈ। ਸੁਣਨ ਵਾਸਤੇ ਬੜੀ ਮਿਹਨਤ ਕਰਨੀ ਪੈਂਦੀ ਹੈ ਚੰਗੇ ਪਿਆਰੇ ਤੇ ਸੋਹਣੇ ਅਕਸਰ ਦੁੱਖ ਪਾਉਂਦੇ ਹਨ ਦੁੱਖ ਤਾਂ ਸਾਰੇ ਪਾਉਂਦੇ ਹਨ ਪਰ ਆਪਣੇ ਪਿਆਰਿਆਂ ਦਾ ਦੁੱਖ ਸਾਡਾ ਧਿਆਨ ਵਧੇਰੇ ਖਿੱਚਦਾ ਹੈ ਸਾਨੂੰ ਪਿਆਰਾ ਕੋਈ ਕੋਈ ਲੱਗਦਾ ਹੈ ਜਦਕਿ ਬਹੁਤਿਆਂ ਨਾਲ ਸਾਡੀ ਜਾਣ ਪਛਾਣੀ ਹੁੰਦੀ ਹੈ ਜਿਨ੍ਹਾਂ ਨਾਲ ਸਾਡੀ ਕੇਵਲ ਜਾਣ ਪਛਾਣ ਹੁੰਦੀ ਹੈ ਉਹਨਾਂ ਦੇ ਦੁੱਖ ਸਾਨੂੰ ਦੁੱਖ ਨਹੀਂ ਸਮੱਸਿਆਵਾਂ ਹੀ ਪ੍ਰਤੀਤ ਹੁੰਦੇ ਹਨ ਦੁੱਖ ਪਿਆਰਿਆਂ ਦੀ ਚੰਗਿਆਈ ਨੂੰ ਦ੍ਰਿੜ ਕਰਦੇ ਹਨ ਹੀਰੇ ਰਗੜ ਤੋਂ ਬਿਨਾ ਚਮਕਦੇ ਨਹੀਂ ਰਗੜ ਹੀਰੇ ਲਈ ਦੁੱਖ ਹੈ ਸੋਨਾ ਅੱਗ ਤੋਂ ਬਿਨਾ ਸ਼ੁੱਧ ਨਹੀਂ ਹੁੰਦਾ ਅੱਗ ਸੋਨੇ ਲਈ ਦੁੱਖ ਹੈ ਵਿਛੋੜੇ ਤੋਂ ਬਿਨਾ ਪਿਆਰਾ ਮਿੱਠਾ ਤੇ ਤਿੱਖਾ ਨਹੀਂ ਹੁੰਦਾ ਵਿਛੋੜਾ ਪ੍ਰੇਮੀ ਲਈ ਦੁੱਖ ਹੈ ਚੰਗੇ ਤੇ ਪਿਆਰੇ ਬੰਦੇ ਦੁੱਖਾਂ 'ਚੋਂ ਲੰਘ ਕੇ ਹੀ ਚੰਗੇ ਅਖਵਾਉਂਦੇ ਹਨ ਦੁੱਖ ਚੰਗੇ ਬੰਦਿਆਂ ਦਾ ਇਮਤਿਹਾਨ ਹੁੰਦੇ ਹਨ ਜੇ ਅੰਦਰ ਪਿਆਰ ਹੋਵੇ ਤਾਂ ਦੁੱਖਾਂ ਨਾਲ ਜੀਵਨ ਭੈੜਾ ਨਹੀਂ ਸਗੋਂ ਹੋਰ ਡੁੰਗਾ ਹੋ ਜਾਂਦਾ ਹੈ ਤਾਂ ਰਵਾ